ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੱਤਰੋ, ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਅਸੀਂ ਹੈਪੀ ਮੋਟਰ ਗੈਰਜ 'ਤੇ। ਸਾਡੇ ਕੋਲ ਗੱਡੀ ਆਈ ਹੋਈ ਹੈ ਕਰੂਜ਼ 2014 ਮਾਡਲ, ਅਤੇ ਇਹਦੇ ਵਿੱਚ ਬਹੁਤ ਜ਼ਿਆਦਾ ਚੂਹਿਆਂ ਨੇ ਗੱਡੀ ਦੇ ਵਿੱਚ ਕੰਮ ਖਰਾਬ ਕੀਤਾ ਹੋਇਆ ਸੀਗਾ। ਇਹ ਮੋਹਰੇ ਤੋਂ ਫਰੰਟ ਤੋਂ ਜਦੋਂ ਹਵਾ ਅੰਦਰ ਦੀ ਕਰਦੇ ਹਾਂ ਆਪਾਂ, ਇਹ ਜਾਲੀ ਵਿੱਚੋਂ ਚੂਹਾ ਕਰੋਸ ਹੁੰਦਾ ਸੀਗਾ, ਅਤੇ ਆਪਾਂ ਇਹਨੂੰ ਜਾਲੀ ਨੂੰ ਖੋਲ੍ਹ ਕੇ ਇਹਦੇ ਵਿੱਚ ਲੋਹੇ ਵਾਲੀ ਜਾਲੀ ਲਗਾਵਾਂਗੇ। ਅਤੇ ਇਹਦੇ ਵਿੱਚੋਂ ਕਾਫੀ ਸਾਰੇ ਚੂਹਿਆਂ ਦੇ ਕੰਕਾਲ ਨਿਕਲੇ, ਅਤੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾ ਰਹੇ ਹਾਂ, ਅਸੀਂ ਸਾਰੀ ਸਾਫ਼ ਸਫਾਈ ਕਰਕੇ ਇਹ ਕੰਕਾਲ ਵਗੈਰਾ ਕੱਢ ਕੇ, ਅਤੇ ਆਹ ਦੇਖੋ ਇੱਕ ਪਾਊਚ ਜਿਹਾ ਵੀ ਸੌਸ ਵਾਲਾ ਚੂਹਿਆਂ ਨੇ ਦੇਖੋ ਕਿੱਥੇ ਪਹੁੰਚਾਇਆ ਵਾ। ਅਤੇ ਹੁਣ ਅਸੀਂ ਅੰਦਰ ਇਹਦਾ ਏਸੀ ਫਿਲਟਰ ਚੈੱਕ ਕਰਾਂਗੇ, ਅਤੇ ਸਾਰੀ ਫਿਟਿੰਗ ਖੋਲ੍ਹ ਕੇ ਜਦੋਂ ਆਪਾਂ ਏਸੀ ਫਿਲਟਰ ਵੀ ਚੈੱਕ ਕੀਤਾ ਤਾਂ ਹਿਸਾਬ ਲਾ ਲਓ ਵੀ ਕਿੰਨਾ ਸਾਰਾ ਅਸੀਂ ਗੰਦ ਸਾਰਾ ਹੀ ਆਪਣੇ ਅੰਦਰ ਨੂੰ ਲੈ ਕੇ ਜਾਂਦੇ ਹਾਂ, ਕਿੰਨੀ ਗੰਦੀ ਸਮੈਲ ਜਿਹੜੀ ਸਾਨੂੰ ਪਤਾ ਨਹੀਂ ਲੱਗਦੀ, ਜਿਹਦੇ ਨਾਲ ਅਸੀਂ ਬਿਮਾਰ ਵੀ ਹੋ ਸਕਦੇ ਹਾਂ। ਇਹ ਚੂਹੇ ਦੀਆਂ ਮੀਂਗਣਾਂ ਦੇਖੋ ਕਿੰਨੀਆਂ ਸਾਰੀਆਂ ਮੈਟ 'ਤੇ ਵੀ ਗਿਰੀਆਂ, ਅਤੇ ਨਾਲ ਹੀ ਦਾ ਏਸੀ ਫਿਲਟਰ ਕਾਫੀ ਟਾਈਮ ਲੱਗਿਆ ਇਹਨੂੰ ਖੋਲ੍ਹਣ ਨੂੰ ਵੀ, ਅਤੇ ਦੇਖਦੇ ਜਾਇਓ ਇਹਦਾ ਕਿੰਨਾ ਵਧੀਆ ਪ੍ਰੋਗਰਾਮ ਬਣਿਆ ਵਾ। ਇਹ ਤਾਜ਼ਾ ਕੰਮ ਹੋਇਆ ਵਾ ਮਿੱਤਰੋ, ਇਹ ਏਸੀ ਫਿਲਟਰ ਨਵਾਂ ਸੀਗਾ, 6 ਮੰਥ ਤੋਂ ਕਾਰ ਬੰਦੇ ਦੇ ਘਰਾਂ ਖੜ੍ਹੀ ਹੋਈ ਸੀਗੀ, ਅਤੇ ਬਹੁਤ ਜ਼ਿਆਦਾ ਘੱਟ ਚਲਾਉਂਦੇ ਸੀਗੇ ਵੈਸੇ। ਇਹ ਦੇਖ ਲਓ ਕਿੰਨੀਆਂ ਮੀਂਗਣਾਂ ਹੈ, ਮੋਟੀਆਂ ਮੋਟੀਆਂ ਮੀਂਗਣਾਂ ਹੈ, ਜਿਹੜੇ ਚੂਹੇ ਮੋਟੇ ਹੁੰਦੇ ਉਹੀ ਰਹਿੰਦੇ ਸੀਗੇ ਇਹਦੇ ਵਿੱਚੋਂ, ਦੇਖੋ ਕਿੰਨਾ ਬਾਥਰੂਮ ਕੀਤਾ ਹੋਇਆ ਉਹਨੇ। ਅਤੇ ਆਪਾਂ ਇਹਨੂੰ ਨਵਾਂ ਲਾਵਾਂਗੇ ਅਤੇ ਨਾਲ ਜਾਲੀਆਂ ਵੀ ਲਾਵਾਂਗੇ ਗੱਡੀ ਨੂੰ। ਧਿਆਨ ਰੱਖਿਆ ਕਰੋ ਮਿੱਤਰੋ, ਹਰ ਇੱਕ ਕੰਮ ਨੂੰ ਸਰਵਿਸ ਨੂੰ ਕਰਾਉਣ ਲੱਗੇ ਗੱਡੀ ਨੂੰ ਸਾਰਾ ਕੁਝ ਚੈੱਕ ਕਰਵਾਇਆ ਕਰੋ, ਛੋਟੇ ਛੋਟੇ ਕੰਮ ਵੀ। ਅਤੇ ਨਾਲ ਅਸੀਂ ਏਅਰ ਫਿਲਟਰ ਵੀ ਖੋਲ੍ਹ ਕੇ ਜਦੋਂ ਇਹਦੀ ਸਰਵਿਸ ਵੀ ਕਰਨੀ ਸੀਗੀ ਤਾਂ ਏਅਰ ਫਿਲਟਰ ਵੀ ਖੋਲ੍ਹ ਕੇ ਏਅਰ ਫਿਲਟਰ ਕੱਢਿਆ ਬਾਹਰ, ਤਾਂ ਏਅਰ ਫਿਲਟਰ ਦੇ ਅੰਦਰ ਵੀ ਘੁੰਮਿਆ ਹੋਇਆ ਸੀਗਾ ਚੂਹਾ ਬਹੁਤ ਜ਼ਿਆਦਾ, ਇਹਦੇ ਵਿੱਚ ਧੂੜ ਸੀਗੀ। ਏਅਰ ਫਿਲਟਰ ਵੀ ਕਸਟਮਰ ਨੇ ਸਾਫ਼ ਨਹੀਂ ਕਦੇ ਕਰਵਾਇਆ, ਅਤੇ ਚਲੋ ਆਪਾਂ ਤਾਂ ਚੇਂਜ ਕਰ ਦੇਵਾਂਗੇ, ਨਵਾਂ ਪਾ ਦੇਵਾਂਗੇ। ਨਾਲ ਲੱਗਦੀ ਮਿੱਤਰੋ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਇਸ ਕੰਮ ਨੂੰ, ਅਤੇ ਕਾਫੀ ਗੱਡੀਆਂ ਖੜ੍ਹੀਆਂ ਸੀਗੀਆਂ ਜਿਨ੍ਹਾਂ ਨੂੰ ਨਿਪਟਾ ਕੇ, ਅਤੇ ਰਾਤ ਪੈ ਗਈ ਸੀਗੀ ਸਾਨੂੰ ਇਸ ਗੱਡੀ ਦਾ ਕੰਮ ਕਰਦਿਆਂ ਨੂੰ, ਹੋਰ ਗੱਡੀਆਂ ਦਾ ਵੀ ਕੰਮ ਕਰਕੇ ਦਿੱਤਾ, ਓਕੇ ਕਰਕੇ ਦਿੱਤਾ। ਅਤੇ ਜਾਲੀਆਂ ਲਾਉਣ ਦਾ ਤਾਂ ਸਮਾਂ ਰਾਤ ਨੂੰ ਹੀ ਲੱਗਿਆ ਵੈਸੇ, ਅਤੇ ਇਹ ਅਸੀਂ ਡਬਲ ਅਤੇ ਵੀ ਟ੍ਰਿਪਲ ਚੌਕ ਟ੍ਰਿਪਲ ਕਰਕੇ ਜਾਲੀ ਲਗਾ ਦਿੱਤੀ, ਅਤੇ ਫਰੰਟ 'ਤੇ ਜਿੱਥੋਂ ਕਿ ਹਵਾ ਵੀ ਕਰੋਸ ਹੁੰਦੀ ਰਹੇ ਅਤੇ ਚੂਹਾ ਵੀ ਨਾ ਲੰਘੇ। ਅਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਈਕੋ ਸਪੋਰਟ ਕੰਪਨੀ ਦਾ ਇਹਦਾ ਏਸੀ ਫਿਲਟਰ ਵੀ ਚੇਂਜ ਕਰ ਦਿੱਤਾ, ਬਲੋਰ ਦਾ ਵੀ ਬੁਰਾ ਹਾਲ ਸੀਗਾ ਬਲੋਰ ਵਾਲੇ ਪੱਖੇ ਦਾ, ਅਤੇ ਵੀ ਅਸੀਂ ਧੋ ਸਵਾਰ ਕੇ ਸਾਰਾ ਧੂੜ ਧਮੇਲੇ ਤੋਂ ਐਨ ਸਾਫ਼ ਕਰਕੇ ਫਿੱਟ ਕੀਤਾ, ਅਤੇ ਨਾਲ ਅਸੀਂ ਇਹਦੀ ਸਾਰੀ ਫਿਟਿੰਗ ਪ੍ਰੋਪਰ ਕਰਕੇ ਉਸ ਤੋਂ ਬਾਅਦ ਡਿੱਗੀ ਦੇ ਵਿੱਚ ਵੀ ਜਾਲੀਆਂ ਲਾਈਆਂ, ਕਿਉਂਕਿ ਡਿੱਗੀ ਦੇ ਵਿੱਚ ਵੀ 2 ਜਗ੍ਹਾ ਸਪੇਸ ਹੁੰਦਾ ਹੈ ਹਵਾ ਆਰ ਪਾਰ ਹੋਣ ਦਾ, ਅਤੇ ਕਾਫੀ ਸਮਾਂ ਲੱਗ ਗਿਆ ਇਹਨੂੰ ਰਾਤ ਨੂੰ ਵੀ ਕੰਮ ਕਰਦਿਆਂ ਨੂੰ। ਬਾਕੀ ਕੰਮ ਤਸੱਲੀ ਬਖਸ਼ ਐਨ ਓਕੇ ਰਿਪੋਰਟ, ਅਤੇ ਆਹ ਦੇਖਿਓ ਤੁਸੀਂ ਤੁਹਾਨੂੰ ਡਿੱਗੀ ਵਿੱਚ ਲੋਕੇਸ਼ਨ ਦੱਸਦੇ ਹਾਂ, ਜਿੱਥੇ ਜਿੱਥੇ ਚੂਹਿਆਂ ਦੇ ਵੜਨ ਦੀ ਜਾਣਕਾਰੀ ਰਹਿੰਦੀ ਹੈ। ਅਤੇ ਹੁਣ ਆਪਾਂ ਪੂਰੀ ਟੈਸਟ ਡਰਾਈਵ ਲੈ ਕੇ ਇਹਦੀ ਗੱਡੀ ਓਕੇ ਰਿਪੋਰਟ ਕਰਕੇ
ਕਸਟਮਰ ਨੂੰ ਹੈਂਡਓਵਰ ਕੀਤੀ ਅਤੇ ਕਸਟਮਰ ਵੀ ਬਹੁਤ ਜ਼ਿਆਦਾ ਖੁਸ਼ ਹੋਇਆ। ਅਤੇ ਮਿੱਤਰੋ, ਜੋ ਸਟੇਅਰਿੰਗ ਦੇ ਉੱਤੇ ਸਵਿੱਚ ਲੱਗੇ ਹੋਏ ਨੇ, ਇਹਨਾਂ 'ਤੇ ਵੀ ਚੂਹੇ ਨੇ ਕਾਫੀ ਸਾਰੇ ਦੰਦ ਲਗਾਏ ਹੋਏ ਸੀਗੇ। ਚਲੋ, ਓਕੇ, ਰਿਪੋਰਟ ਹੋ ਗਈ।